ਪੱਤਰ ਇਹ ਪੱਤਰ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਹੋਇਆ ਜਿਹੜੀ ਜਿੱਤ ਆ ਸਾਡੀ ਅੱਗੇ ਪੱਤਰ ਜਾਰੀ ਹੁੰਦੇ ਨੇ ਆਪਾਂ ਸਾਰੇ ਜਥੇਬੰਦੀਆਂ ਨਾਲ ਜੁੜੇ ਹਾਂ ਜਾਂ ਦਾ ਪੱਤਰ ਐਸ ਡੀ ਐਮ ਸਾਹਿਬ ਜਾਰੀ ਕਰ ਦਿੰਦੇ ਆ ਤਹਿਸੀਲਦਾਰ ਸਾਹਿਬ ਤੇ ਜਾਂ ਡੀ ਸੀ ਸਾਹਿਬ ਇਹ ਮੁੱਖ ਮੰਤਰੀ ਦਫ਼ਤਰ ਦੇ ਲੈਟਰ ਹੱਥ ਜਾਰੀ ਹੋਇਆ ਦੂਜੀ ਗੱਲ ਇਹਦੇ ਵਿੱਚ ਲਿਖਿਆ ਗਿਆ 4 ਜਨਵਰੀ ਨੂੰ ਸਵੇਰੇ 10:30 ਵਜੇ ਮੁੱਖ ਮੰਤਰੀ ਦੇ ਦਫ਼ਤਰ 'ਚ ਮੀਟਿੰਗ ਹੋਏਗੀ ਸੈਕਟਰੀਏਟ ਦੇ ਵਿੱਚ ਨੀਚੇ ਜਿਹੜੇ ਸਾਈਨ ਨੇ ਉਹ ਡਿਪਟੀ ਪ੍ਰਿੰਸੀਪਲ ਸੈਕਟਰੀ ਟੂ ਸੀ ਐਮ ਸਾਹਿਬ ਉਹਨਾਂ ਦੇ ਸਾਈਨ ਹੋਏ ਨੇ ਉਹਨਾਂ ਦੇ ਦਫ਼ਤਰ ਵੱਲੋਂ ਵੀ ਜਿਹੜੇ ਫੀਲਡ ਅਫਸਰ ਨੇ ਉਹ ਆਏ ਨੇ ਇੱਕ ਮਿੰਟ ਯਾਰ ਇੱਕ ਮਿੰਟ ਸ਼ਾਂਤੀ ਬਣਾ ਕੇ ਰੱਖੋ ਇੱਕ ਮਿੰਟ ਗੱਲ ਸੁਣ ਲਓ ਯਾਰ ਸਤਿ ਸ਼੍ਰੀ ਅਕਾਲ ਅਸੀਂ ਜਿਹੜਾ ਹੈਗਾ ਤੁਹਾਡੇ ਸੰਘਰਸ਼ ਜੀ ਉਹਨੂੰ ਦੇਖਦੇ ਹੋਏ ਸੀ ਐਮ ਆਫਿਸ ਦੇ ਵਿੱਚ ਸੰਪਰਕ ਕੀਤਾ ਸੀ ਔਰ ਜਿਹੜੀ ਹੈਗੀ ਹੈ ਇਖਲਾਕੀ ਤੌਰ ਤੇ ਸਾਰੀ ਤੁਹਾਡੀ ਜਿੱਤ ਹੈ ਔਰ ਜਿਹੜਾ 4 ਤਰੀਕ ਨੂੰ ਜਿਹੜਾ ਹੈ ਤੁਹਾਨੂੰ ਮੀਟਿੰਗ ਦਾ ਸਮਾਂ ਮਿਲਿਆ ਧੰਨਵਾਦ ਜੀ 4 ਤਰੀਕ ਨੂੰ ਜਿਹੜੇ ਹੈਗਾ ਸੀ ਐਮ ਸਾਹਿਬ ਆਪ ਤੁਹਾਡੇ ਨਾਲ ਮੀਟਿੰਗ ਕਰਨੀ ਇਹ ਮੁੱਖ ਮੰਤਰੀ ਦਫ਼ਤਰ ਤੋਂ ਫੀਲਡ ਅਫਸਰ ਨੇ ਜਿਹੜੇ ਲੈਟਰ ਲੈ ਕੇ ਆਏ ਨੇ ਜਿਨ੍ਹਾਂ ਨੇ ਗੱਲ ਕਹੀ ਹੈ ਕਿ 4 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਆਏ ਨੇ ਜਿਨ੍ਹਾਂ ਨੇ ਗੱਲ ਕਹੀ ਹੈ ਕਿ 4 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਆਪ ਜਥੇਬੰਦੀ ਨਾਲ ਮੀਟਿੰਗ ਕਰਨਗੇ ਦੂਜੀ ਗੱਲ ਜਿਹੜੀ ਗੱਲ ਮੈਂ ਹੁਣ ਤੁਹਾਡੇ ਨਾਲ ਅਹਿਮ ਕਰਨ ਲੱਗਾ ਇੱਕ ਮਿੰਟ ਯਾਰ ਜਿਹੜੇ ਨਾਰੇ ਮਾਰਨ ਡੇ ਆ 5 ਮਿੰਟ ਦੂਜੀ ਗੱਲ ਇੱਕ ਚੀਜ਼ ਦਾ ਵਾਅਦਾ ਹੱਥ ਖੜੇ ਕਰਕੇ ਦਿਓ ਜਿੰਨੀ ਗਿਣਤੀ ਦੇ ਵਿੱਚ ਅੱਜ ਆਏ ਹੋ ਜੇ 4 ਤਰੀਕ ਨੂੰ ਸਾਫ਼ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਵੀ ਖੜਾ ਇੱਕ ਮਿੰਟ ਯਾਰ ਜੇ ਮੈਂ ਤੁਹਾਨੂੰ ਇੱਕ ਮਿੰਟ ਗੱਲ ਸੁਣ ਲਓ ਮੈਂ ਤੁਹਾਨੂੰ ਇੱਕ